ਹੁਣ ਪ੍ਰਧਾਨ ਮੰਤਰੀ ਜੀ ਮੋਦੀ ਸਾਹਿਬ ਆਏ ਨੇ, ਪਹਿਲਾਂ ਵੀ ਪ੍ਰਧਾਨ ਮੰਤਰੀ ਆਏ ਨੇ, ਇਹ ਨਹੀਂ ਮੈਂ ਕਹਿੰਦਾ ਹੋ ਸਕਦਾ ਪ੍ਰਧਾਨ ਮੰਤਰੀ ਜੀ ਗੱਲ ਸੁਣਦੇ ਅਸੀਂ ਸੁਣਾ ਨਹੀਂ ਸਕੇ। ਹੁਣ ਇਹਨਾਂ ਦੇ ਮਨ ਦੇ ਵਿੱਚ ਭਾਵੇਂ ਇਹ ਗੱਲ ਮੇਰੀ ਲੋਕਾਂ ਨੂੰ ਠੀਕ ਨਾ ਲੱਗੇ, ਕਈ ਬੰਦਿਆਂ ਨੂੰ ਬੁਰੀ ਲੱਗੇਗੀ ਸ਼ਾਇਦ ਗੱਲ, ਕਿਉਂਕਿ ਕਈਆਂ ਦੀ ਸੋਚ ਹੀ ਇਹੋ ਜਿਹੀ ਹੁੰਦੀ ਹੈ, ਪਰ ਸਾਨੂੰ ਬੈਠ ਕੇ ਮੋਦੀ ਸਾਹਿਬ ਨਾਲ ਬੈਠ ਕੇ ਜੋ ਸਾਡੇ ਮਸਲੇ ਨੇ ਉਹ ਪਿਆਰ ਨਾਲ ਬੈਠ ਕੇ ਉਹਨਾਂ ਨੂੰ ਉਹਨਾਂ ਦੇ ਕੋਲ ਰੱਖਣੇ ਚਾਹੀਦੇ ਨੇ ਅਤੇ ਉਹਨਾਂ ਤੋਂ ਸਾਨੂੰ ਕੋਸ਼ਿਸ਼ ਹੈ ਮਨਾਉਣੇ ਚਾਹੀਦੇ ਨੇ। ਅਤੇ ਮੈਨੂੰ ਆਸ ਹੈ ਕਿ ਇੰਨਾ ਦਰਿਆ ਦਿਲ ਪ੍ਰਧਾਨ ਮੰਤਰੀ ਹੈ ਇਹ ਮੰਨ ਸਕਦਾ, ਕਈ ਗੱਲਾਂ ਇਹਨਾਂ ਨੇ ਚੰਗੀਆਂ ਕੀਤੀਆਂ ਨੇ, ਚਾਹੇ ਕਰਤਾਰਪੁਰ ਦਾ ਲਾਂਘਾ ਖਿਲਾ ਕੇ ਦਿੱਤਾ, ਚਾਹੇ ਸੁਲਤਾਨਪੁਰ ਲੋਧੀ ਸੀਗਾ ਸਾਡਾ, ਚਾਹੇ ਪਟਨਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਿਨ ਮਨਾਏ ਸੀਗੇ 450 ਸਾਲਾਂ, ਅਤੇ ਚਾਹੇ ਸੁਲਤਾਨਪੁਰ ਲੋਧੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਮਨਾਇਆ ਸੀਗਾ, ਇਹ ਸਾਰੀਆਂ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ। ਅਤੇ ਕੋਈ ਵੀ ਦਿਨ ਤਿਉਹਾਰ ਆਉਂਦਾ ਉਹ ਗੁਰੂ ਘਰ ਜਾਣਾ ਭੁੱਲਦੇ ਨਹੀਂ, ਜਾਂਦੇ ਨੇ ਗੁਰੂ ਘਰ ਜਾ ਕੇ ਸੁਬਾਹ ਇਕੱਲੇ ਇਕੱਲੇ ਆਪਣਾ ਮੱਥਾ ਟੇਕਦੇ ਨੇ। ਅਤੇ ਮੈਨੂੰ ਬੜੀ ਖੁਸ਼ੀ ਹੋਈ ਹੁਣ ਜਦੋਂ ਪਟਨਾ ਸਾਹਿਬ ਗਏ ਨੇ, ਉਹਨਾਂ ਦੇ ਉੱਤੇ ਬੜੀ ਕੇਸਰੀ ਦਸਤਾਰ ਸਜਾਈ ਹੈ, ਅਤੇ ਲੰਗਰ ਦੇ ਵਿੱਚ ਜਾ ਕੇ ਸੇਵਾ ਕੀਤੀ, ਰੋਟੀ ਬਣਾਉਣ ਦੀ ਸੇਵਾ ਕੀਤੀ, ਸਬਜ਼ੀ ਬਣਾਉਣ ਦੀ ਸੇਵਾ ਕੀਤੀ, ਵਰਤਾਉਣ ਦੀ ਸੇਵਾ ਕੀਤੀ। ਯਾਰ ਉਹ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਕਿ ਆਪਣੇ ਆਪ ਨੂੰ ਬਹੁਤ ਹੀ ਖੱਬੀ ਖਾਨ ਕਹਾਉਂਦਾ ਹੈ, ਬਹੁਤ ਤਕੜਾ ਪ੍ਰਧਾਨ ਮੰਤਰੀ ਗਿਣਦਾ, ਅਤੇ ਹੈ ਵੀ ਅੱਜ ਦੀ ਘੜੀ ਦੇ ਵਿੱਚ ਦੁਨੀਆਂ ਦੇ ਗਿਣਵੇਂ ਚੁਣਵੇਂ ਜਿਹੜੇ ਦੇਸ਼ ਹੈ ਉਹਨਾਂ 'ਚੋਂ ਇੱਕ ਤਾਕਤਵਰ ਪ੍ਰਧਾਨ ਮੰਤਰੀ ਹੈ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ। ਤੋ ਤੁਹਾਡੇ ਗੁਰੂ ਘਰ ਆ ਕੇ ਜਿਹੜੀ ਛੋਟੀ ਜਿਹੀ ਕੌਮ ਹੈ ਆਪਾਂ ਉਹਦੇ ਨਾਲ ਵੀ ਨਹੀਂ ਖੜਨ ਨੂੰ ਤਿਆਰ, ਉਹਦੇ ਗੁਰੂ ਘਰ ਦੇ ਵਿੱਚ ਆ ਕੇ ਉਹ ਲੰਗਰ ਦੀ ਸੇਵਾ ਕਰਦਾ, ਜਿਹਦੇ ਨਾਲ ਦੁਨੀਆਂ ਦੇ ਵਿੱਚ ਤੁਹਾਡੇ ਲੰਗਰ ਦੀ ਮਹੱਤਤਾ ਵੱਧਦੀ ਹੈ, ਦੁਨੀਆਂ ਦੇ ਵਿੱਚ ਗੱਲ ਜਾਂਦੀ ਹੈ ਤੁਹਾਡੀ ਵੀ, ਆਹ ਵੇਖੋ ਜੀ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ ਸਾਹਿਬ, ਉਹ ਲੰਗਰ ਵਰਤਾਈ ਜਾਂਦਾ, ਸਬਜ਼ੀ ਬਣਾਈ ਜਾਂਦਾ, ਰੋਟੀਆਂ ਬਣਵਾਈ ਜਾਂਦਾ, ਇਹ ਕਿੱਡੀ ਵੱਡੀ ਗੱਲ ਹੈ। ਜਦੋਂ ਦੁਨੀਆਂ ਵਿੱਚ ਜਾਏਗਾ ਕਿਵੇਂ ਤੁਹਾਡਾ ਮਾਣ ਸਤਿਕਾਰ ਉਹਨਾਂ ਦੇਸ਼ਾਂ ਵਿੱਚ ਵੀ ਵਧੇਗਾ ਕਿ ਇਹਨਾਂ ਦੇ ਲੰਗਰ ਦੀ ਇੰਨੀ ਵੱਡੀ ਮਹੱਤਤਾ, ਇਹਨਾਂ ਦੇ ਗੁਰੂ ਘਰ ਦੀ ਇੰਨੀ ਵੱਡੀ ਮਹੱਤਤਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਵੀ ਝੁਕਦਾ ਉੱਥੇ ਜਾ ਕੇ, ਮੈਨੂੰ ਲੱਗਦਾ ਹੋਰ ਨਹੀਂ ਕਿਤੇ ਜਾ ਕੇ ਇੰਨਾ ਕਰਦਾ ਜਿੰਨਾ ਇਹ ਆਪਣੇ ਕੀਤਾ। ਸੋ ਇਸ ਕਰਕੇ ਕੋਈ ਇਹ ਨਹੀਂ ਕਿ ਆਪਣੀਆਂ ਵੋਟਾਂ ਜ਼ਿਆਦਾ ਨੇ ਕਿ ਉਹਨੂੰ ਵੋਟਾਂ ਦਾ ਲਾਲਚ, ਆਪਣੀਆਂ ਤਾਂ ਵੋਟਾਂ ਕੁਛ ਵੀ ਨਹੀਂ ਹੈਗੀਆਂ, ਕੋਈ ਗਿਣਤੀ 'ਚ ਨਹੀਂ ਆਉਂਦੀਆਂ ਕਿਸੇ 'ਚ, ਅਤੇ ਨਾ ਕਿਹੜਾ ਆਪਾਂ ਕਿਹੜੇ ਇਕੱਠੇ ਪਾਉਂਦੇ, ਆਪਾਂ ਤਾਂ ਪਤਾ ਨਹੀਂ ਕੋਈ ਕਿਤੇ ਪਾਉਣ ਦਾ, ਕੋਈ ਕਿਤੇ ਪਾਉਣ ਦਾ। ਸੋ ਇਸ ਕਰਕੇ ਵੇਲਾ ਹੈ, ਹੁਣ ਵੇਲਾ ਸਾਰੇ ਆਪਣਾ ਆਪਣਾ ਰੱਖੋ, ਪਾਰਟੀਆਂ ਜਿਹੜੀਆਂ ਮਰਜ਼ੀ ਰੱਖੋ, ਜਿੱਥੇ ਮਰਜ਼ੀ ਰਹੋ, ਕੋਈ ਕਿਸੇ 'ਚ ਰਹੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਜਿਹੜੇ ਕੋਈ ਪੰਜਾਬ ਦੇ ਮਸਲੇ ਨੇ, ਸਿੱਖ ਕੌਮ ਦੇ ਮਸਲੇ ਨੇ, ਬੜੇ ਗੰਭੀਰ ਮਸਲੇ ਨੇ ਕਈ ਸਿੱਖ ਕੌਮ ਦੇ, ਪੰਜਾਬ ਦੇ ਪਾਣੀ ਦਾ ਮਸਲਾ, ਚੰਡੀਗੜ੍ਹ ਦਾ ਮਸਲਾ, ਨਾਲ ਸਿੱਖ ਕੌਮ ਦੇ ਮਸਲੇ ਨੇ, ਸ਼੍ਰੋਮਣੀ ਕਮੇਟੀ ਦੇ ਮਸਲੇ ਨੇ, ਗੁਰੂ ਘਰਾਂ ਦੇ ਮਸਲੇ ਨੇ, ਉਹ ਸਾਰੇ ਆਓ ਬੈਠ ਕੇ ਉਹਦੇ ਕੋਲੇ ਰੱਖ ਕੇ ਪਿਆਰ ਦੇ ਨਾਲ, ਮੈਨੂੰ ਲੱਗਦਾ ਕਿ ਜੇ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਉੱਚ ਪਾਏ ਦੀ ਕਮੇਟੀ ਬਣਾ ਕੇ ਜਿਹਦੇ 'ਚ ਸਾਰਿਆਂ ਨੂੰ ਸਤਿਕਾਰ ਦੇਈਏ, ਸਾਰਿਆਂ ਨੂੰ ਨਾਲ ਲੈ ਕੇ ਚੱਲੀਏ, ਤਾਂ ਮੈਨੂੰ ਲੱਗਦਾ ਇਹ ਪ੍ਰਾਪਤੀ ਆਪਾਂ ਨੂੰ ਹੋ ਸਕਦੀ ਹੈ। ਇਹ ਛੱਡ ਦਈਏ ਕਿ ਮੈਂ ਪ੍ਰਾਪਤੀ ਕਰਾਈ ਹੈ ਜਾਂ ਉਹਨੇ ਕਰਾਈ ਹੈ, ਇਹ ਕਹੀਏ ਸਾਰੀ ਸਿੱਖ ਕੌਮ ਦੀ ਪ੍ਰਾਪਤੀ ਹੋਊਗੀ, ਸਾਰੇ ਪੰਜਾਬੀਆਂ ਦੀ ਪ੍ਰਾਪਤੀ ਹੋਊਗੀ, ਸਾਰਿਆਂ ਨੂੰ ਨਾਲ ਲੈ ਕੇ ਜੇ ਮੋਦੀ ਸਾਹਿਬ ਕੋਲ ਚੱਲੀਏ, ਉਹਨਾਂ ਨੂੰ ਦਲੀਲ ਨਾਲ ਬਿਠਾ ਕੇ ਗੱਲ ਕਰੀਏ, ਜਿਵੇਂ ਸਾਹਿਬਜ਼ਾਦਿਆਂ ਦਾ ਵੀ ਛੋਟਿਆਂ ਦਾ ਵੀਰ ਬਾਲ ਦਿਵਸ ਉਹਨਾਂ ਨੇ ਸਾਰੇ ਦੇਸ਼ ਦੇ ਵਿੱਚ ਮਨਾਇਆ, ਕਿੱਡੀ ਵੱਡੀ ਗੱਲ ਗਈ, ਬਾਲਿਆਂ ਤਾਂ ਪਤਾ ਹੀ ਨਹੀਂ ਸੀ ਵੀ ਸਾਹਿਬਜ਼ਾਦੇ ਕੌਣ ਹੁੰਦੇ, ਬਹੁਤੇ ਸੂਬੇ ਤਾਂ ਪਤਾ ਹੀ ਨਹੀਂ ਸੀ, ਅਤੇ ਉਹਦੇ ਨਾਲ ਸਾਰੇ ਦੇਸ਼ ਦੇ ਵਿੱਚ ਨਹੀਂ ਵਿਦੇਸ਼ ਦੇ ਵਿੱਚ ਵੀ ਗੱਲ ਗਈ, ਬਾਹਰਲੇ ਰਾਜਦੂਤਾਂ ਨੂੰ ਵੀ ਹਦਾਇਤਾਂ ਕੀਤੀਆਂ ਗਈਆਂ। ਸੋ ਚੰਗੀ ਗੱਲ ਕੀਤੀ ਹੈ, ਜੇ ਕੋਈ ਚੰਗੀ ਗੱਲ ਕਰਦਾ ਤਾਂ ਸਾਨੂੰ ਚੰਗਾ ਵੀ ਕਹਿ ਦੇਣਾ ਚਾਹੀਦਾ, ਪਰ ਪਤਾ ਨਹੀਂ ਕਿਉਂ ਅਸੀਂ ਚੰਗਾ ਕਹਿਣ ਤੋਂ ਸ਼ਰਮ ਮਹਿਸੂਸ ਕਰਦੇ ਹਾਂ, ਜਿਹੜੀ ਚੰਗੀ ਗੱਲ ਨੂੰ ਵੀ ਚੰਗੀ ਨਹੀਂ ਕਹਿੰਦੇ। ਗੁਰੂ ਘਰ ਤੋਂ GST ਹਟਾਈ ਹੈ, ਉਹ ਲੰਗਰਾਂ ਤੋਂ, ਉਹ ਵੀ ਚੰਗੀ ਗੱਲ ਸੀ, ਬਾਹਰੋਂ ਦਾਨ ਆਉਂਦਾ ਸੀ ਉੱਥੇ ਟੈਕਸ ਲੱਗਦਾ ਸੀ ਉਹ ਬੰਦ ਕੀਤਾ, ਉਹ ਚੰਗੀਆਂ ਗੱਲਾਂ ਕੀਤੀਆਂ ਨੇ, ਚੰਗੀਆਂ ਨੂੰ ਤਾਂ ਚੰਗੀਆਂ ਕਹਿ ਦਿਆ ਕਰੀਏ, ਸ਼ਾਬਾਸ਼ ਦੇ ਦਿਆ ਕਰੀਏ, ਕੋਈ ਹਰਜ ਨਹੀਂ, ਆਪਣਾ ਲੱਗਦਾ ਕੁਛ ਨਹੀਂ, ਹੋਰ ਫੈ ਰਾਹ ਖੁੱਲ ਜਾਂਦੇ ਨੇ, ਅਤੇ ਜੇ ਆਪਾਂ ਮੂੰਹੋਂ ਕੁਛ ਬੋਲਾਂਗੇ ਨਹੀਂ ਫਿਰ ਕਰਨ ਵਾਲਾ ਵੀ ਸੋਚਦਾ ਵੀ ਕਰੋ ਨਾ ਕਰੋ, ਇਹਨਾਂ 'ਤੇ ਕੋਈ ਫਾਇਦਾ ਤਾਂ ਹੈ ਨਹੀਂ, ਇਹਨਾਂ ਨੇ ਕਦੇ ਚੰਗਾ ਤਾਂ ਕਹਿਣਾ ਨਹੀਂ, ਇਹਨਾਂ ਨੇ ਕਦੇ ਸਲਾਹੁਣਾ ਤਾਂ ਹੈ ਨਹੀਂ। ਸੋ ਇੰਨਾ ਵੀ ਵੱਡਾ ਦਿਲ ਰੱਖਿਆ ਕਰੀਏ ਯਾਰ, ਬਾਹਲਾ ਨਾ ਛੋਟਾ ਦਿਲ ਰੱਖਿਆ ਕਰੀਏ, ਇਹ ਗੱਲਾਂ ਕਰਦਿਆ ਕਰੀਏ, ਤਾਂ ਕਿ ਆਉਣ ਵਾਲਾ ਜਿਹੜਾ ਸਮਾਂ ਸਾਡਾ ਚੰਗਾ ਹੋਵੇ, ਸਾਡਾ ਭਵਿੱਖ ਚੰਗਾ ਹੋਵੇ। ਅਸੀਂ ਛੋਟੀ ਜਿਹੀ ਕੌਮ ਹੈ, ਗੁਰੂਆਂ ਨੇ ਸਾਨੂੰ ਸ਼ਕਤੀਆਂ ਬਖਸ਼ੀਆਂ ਨੇ, ਗੁਰੂਆਂ ਦਾ ਸਿਰ 'ਤੇ ਸਾਡੇ ਹੱਥ ਆ ਉਹ ਮੈਂ ਮੰਨਦਾ, ਪਰ ਫਿਰ ਵੀ ਜਿਹੜੀ ਦੇਸ਼ ਦੀ ਹਾਕਮ ਹੈ ਜਾਂ ਦੇਸ਼ ਦੇ ਵਿੱਚ ਤੇਰਾ ਅੱਜ ਵੱਡੀ ਧਿਰ,
ਉਹਦੇ ਨਾਲ ਸਾਨੂੰ ਪਿਆਰ ਦੇ ਨਾਲ ਰਹਿ ਕੇ ਜ਼ਿਆਦਾ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ। ਲੜਾਈ ਝਗੜੇ ਅਸੀਂ ਬਹੁਤ ਕਰਕੇ ਵੇਖ ਲਏ, ਸਾਡੇ ਪਿਛਲਿਆਂ ਨੇ ਬਹੁਤ ਕਰਕੇ ਵੇਖ ਲਏ, ਉਹ ਵੀ ਸਾਨੂੰ ਪ੍ਰਾਪਤੀਆਂ ਨਹੀਂ ਹੋਈਆਂ। ਆਓ ਹੁਣ ਦੂਜਾ ਰਾਹ ਅਪਣਾ ਕੇ ਵੇਖ ਲਈਏ, ਸ਼ਾਇਦ ਜੋ ਸਿੱਖ ਕੌਮ ਦੇ ਮਸਲੇ ਨੇ ਉਹ ਸਾਰੇ ਠੀਕ ਹੋ ਜਾਣ, ਪੰਜਾਬ ਦੀਆਂ ਜਿਹੜੀਆਂ ਗੱਲਾਂ ਨੇ ਦੋ ਤਿੰਨ ਵੱਡੀਆਂ ਇਹ ਠੀਕ ਹੋ ਜਾਣ। ਇਹ ਮੇਰੀ ਬੇਨਤੀ ਹੈ ਸਾਰੀ ਕੌਮ ਨੂੰ ਕਿ ਜ਼ਰੂਰ, ਹੋ ਸਕਦਾ ਮੈਥੋਂ ਕੋਈ ਐਸੀ ਗੱਲ ਬੋਲੀ ਹੋਵੇ ਤੁਹਾਨੂੰ ਚੰਗੀ ਨਾ ਲੱਗੀ ਹੋਵੇ, ਉਹਦੇ ਲਈ ਮੈਂ ਖਿਮਾ ਚਾਹੁੰਦਾ। ਅਤੇ ਮੈਂ ਆਸ ਕਰਦਾ ਕਿ ਆਓ ਰਲ ਮਿਲ ਕੇ ਸਾਰੇ ਇਸ ਪ੍ਰਧਾਨ ਮੰਤਰੀ ਤੋਂ, ਜਿਹਦੇ 'ਚ ਕੰਮ ਕਰਨ ਦੀ ਸਮਰੱਥਾ ਵੀ ਹੈ, ਫੈਸਲਾ ਕਰਨ ਦੀ ਸਮਰੱਥਾ ਵੀ ਹੈ, ਅਤੇ ਇਹ ਜਿਹੜੀਆਂ ਜਾਇਜ਼ ਗੱਲਾਂ ਮੰਨ ਵੀ ਸਕਦਾ, ਆਪਾਂ ਸਾਰੇ ਮਨਾਉਣ ਦੀ ਕੋਸ਼ਿਸ਼ ਕਰੀਏ, ਵਧੀਆ ਇੱਕ ਮੈਮੋਰੈਂਡਮ ਬਣਾ ਕੇ ਜਿਹੜਾ ਕਿ ਜਾਇਜ਼ ਹੋਵੇ, ਜਿਹੜਾ ਦਲੀਲ ਰਹਿਤ ਹੋਵੇ, ਉਹਦੇ ਦਲੀਲ ਦੇ ਨਾਲ ਜਿਹੜਾ ਗੱਲ ਕਰਨ ਦੀ ਸ਼ਕਤੀ ਰੱਖਦਾ ਹੋਵੇ, ਉਹ ਲੈ ਕੇ ਪ੍ਰਧਾਨ ਮੰਤਰੀ ਦੇ ਕੋਲ ਚੱਲ ਗਏ ਵੋਟਾਂ ਤੋਂ ਬਾਅਦ, ਅਤੇ ਆਪਣੀਆਂ ਜਿਹੜੀਆਂ ਜਾਇਜ਼ ਗੱਲਾਂ ਉਹ ਮਨਵਾਈਏ, ਜਿਹੜੀਆਂ ਉਹਨੇ ਚੰਗੀਆਂ ਗੱਲਾਂ ਕੀਤੀਆਂ ਉਹਦਾ ਧੰਨਵਾਦ ਵੀ ਕਰੀਏ।